ਗੁਜਰਾਤ ਦੇ ਸੂਰਤ ਵਿੱਚ GST ਦਾ ਵਿਰੋਧ ਕਰ ਰਹੇ ਵਪਾਰੀਆਂ ਤੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦਾ ਅੰਮ੍ਰਿਤਸਰ ਵਿੱਚ ਕੱਪੜਾ ਵਪਾਰੀਆਂ ਨੇ ਨਿੰਦਾ ਕਰਦਿਆਂ ਤੇਜ਼ ਗਰਮੀ ਵਿੱਚ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਵਪਾਰੀਆਂ ਵੱਲੋਂ ਪਹਿਲਾਂ ਸ਼ਾਸਤਰੀ ਮਾਰਕੀਟ ਨੂੰ ਬੰਦ ਰੱਖ ਕੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ ਅਤੇ ਇਸ ਤੋਂ ਬਾਅਦ ਪੂਰੀ ਮਾਰਕੀਟ ਵਿੱਚ ਰੋਸ ਮਾਰਚ ਕੱਢਿਆ ਗਿਆ। ਇਸ ਪ੍ਰਦਰਸ਼ਨ ਦੌਰਾਨ ਵਪਾਰੀਆਂ ਨੇ ਆਪਣੇ ਹੱਥਾਂ ਵਿੱਚ ਵੱਖ ਵੱਖ ਸਲੋਗਨਾਂ ਵਾਲੀਆਂ ਤਖ਼ਤੀਆਂ ਫੜ ਕੇ ਕੇਂਦਰ ਸਰਕਾਰ ਨੂੰ ਖੂਬ ਕੋਸਿਆ। ਵਪਾਰੀਆਂ ਦਾ ਕਹਿਣਾ ਸੀ ਕਿ ਉਹ ਵਪਾਰੀ ਹਨ, ਨਾ ਕਿ ਕੋਈ ਅੱਤਵਾਦੀ ਜਾਂ ਚੋਰ, ਜੋ ਉਹਨਾਂ ਨਾਲ ਅਜਿਹਾ ਵਿਵਹਾਰ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਅੰਮ੍ਰਿਤਸਰ ਦੀ ਸ਼ਾਸਤਰੀ ਮਾਰਕੀਟ ਦੇਸ਼ ਭਰ ਵਿੱਚ ਕੱਪੜੇ ਦੇ ਵਪਾਰ ਲਈ ਮਸ਼ਹੂਰ ਹੈ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਰਕੀਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਦੀਪਕ ਰਾਏ ਨੇ ਕਿਹਾ ਕਿ ਉਹ ਸੂਰਤ ਵਿੱਚ ਪੁਲਿਸ ਦੀ ਲਾਠੀ ਚਾਰਜ ਦੇ ਸ਼ਿਕਾਰ ਹੋਏ ਵਪਾਰੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ ਅਤੇ ਕਿਸੇ ਵੀ ਵਪਾਰੀ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਹਨਾਂ ਆਖਿਆ ਕਿ ਵਪਾਰੀ GST ਦੇ ਵਿਰੁੱਧ ਹਨ ਕਿਉਂਕਿ ਉਹਨਾਂ ਦੇ ਵਪਾਰ ਤੇ ਇਸ ਦਾ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ। ਅੱਜ ਉਮਸਵਰੀ ਗਰਮੀ ਦੇ ਵਿੱਚ ਲਗਭਗ ਅੰਮ੍ਰਿਤਸਰ ਦੀਆਂ ਸਾਰੀਆਂ ਕੱਪੜਾ ਟ੍ਰੇਡ ਨੂੰ ਪ੍ਰਤੀਨਿਧੀ ਕਰਨ ਵਾਲੇ ਐਸੋਸੀਏਸ਼ਨ ਦੇ ਪ੍ਰਤੀਨਿਧੀ ਤੇ ਉਹਨਾਂ ਦੁਕਾਨਦਾਰ ਕਰਮੋਡੀਓਲੀ ਚੌਂਕ ਦੇ ਵਿੱਚ ਕੱਲ੍ਹ ਦੇ ਸੂਰਤ ਦੇ ਵਿੱਚ ਗੁਜਰਾਤ ਸਰਕਾਰ ਦੁਆਰਾ ਕੀਤੇ ਗਏ ਲਾਠੀਚਾਰਜ ਦੇ ਵਿਰੋਧ ਦੇ ਵਿੱਚ GST ਦੇ ਵਿਰੋਧ ਦੇ ਵਿੱਚ ਅੱਜ ਇੱਥੇ ਇਕੱਠੇ ਹੋਏ। ਵਪਾਰੀਆਂ ਨੇ ਇੱਕ ਮੁਸ਼ਤ ਇੱਕ ਜ਼ਬਾਨ ਦੇ ਵਿੱਚ ਇਹ ਗੱਲ ਕਹੀ ਹੈ ਕਿ GST ਅਤੇ ਵਪਾਰੀਆਂ 'ਤੇ ਲਾਠੀਚਾਰਜ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ। ਇੱਕ ਇੱਕ ਅੰਮ੍ਰਿਤਸਰ ਦਾ ਵਪਾਰੀ, ਪੰਜਾਬ ਦਾ ਵਪਾਰੀ, ਹਿੰਦੁਸਤਾਨ ਦਾ ਵਪਾਰੀ ਸੂਰਤ ਦੇ ਉਸ ਰਨ ਬੰਦ ਕਰੇ ਵਪਾਰੀਆਂ ਦੇ ਨਾਲ ਖੜਾ ਹੈ ਜਿਨ੍ਹਾਂ ਦੇ ਸਰਕਾਰ ਨੇ ਲਾਠੀਚਾਰਜ